ਐਸਪੀ ਸਾਹਿਬ ਅੰਮ੍ਰਿਤਸਰ ਦਿਹਾਤੀ ਜੀ ਵੱਲੋਂ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਸੀ ਪੂਰੇ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦੇ ਵਿੱਚ। ਇਸ ਮੁਹਿੰਮ ਦੇ ਤਹਿਤ SHO ਰਮਦਾਸ, ਸਬ ਇੰਸਪੈਕਟਰ ਅਵਤਾਰ ਸਿੰਘ ਔਰ ਅਸੀਂ ਇੱਕ ਓਪਰੇਸ਼ਨ ਚੱਲ ਰਿਹਾ ਸੀ ਸਾਡਾ। ਡਿਊਰਿੰਗ ਓਪਰੇਸ਼ਨ ਅੱਜ ਅਸੀਂ ਜੋਤ ਸਿੰਘ ਔਰ ਉਹਦੀ ਪਤਨੀ ਹਿੰਦਾ, ਇਹਨਾਂ ਨੂੰ ਜੋ ਰਮਦਾਸ ਦੇ ਰਹਿਣ ਵਾਲੇ ਨੇ, ਇਹਨਾਂ ਨੂੰ ਅਸੀਂ ਅਰੈਸਟ ਕੀਤਾ ਔਰ ਇਹਨਾਂ ਦੇ ਪਾਸੋਂ ਕਰੀਬ 13,200 ਇੰਟੋਕਸੀਕੈਂਟ ਟੈਬਲੇਟਸ, 30 ਗ੍ਰਾਮ ਹੈਰੋਇਨ ਔਰ 74,340 ਰੁਪਏ ਡਰੱਗ ਮਨੀ ਅਸੀਂ ਬਰਾਮਦ ਕੀਤੀ ਹੈ। ਇਹਨਾਂ ਦੇ ਖਿਲਾਫ਼ FIR ਨੰਬਰ 9 ਅੰਡਰ ਸੈਕਸ਼ਨ 2285 NDPS ਐਕਟ ਥਾਣਾ ਰਮਦਾਸ ਜਾਂ ਦਰਜ ਰਜਿਸਟਰ ਕਰ ਲਿਆ ਗਿਆ ਔਰ ਉਹਦੇ ਵਿੱਚ ਇਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਕਿ ਇਹਨਾਂ ਦੇ ਫਾਰਵਰਡ ਔਰ ਬੈਕਵਰਡ ਜਿਹੜੇ ਲਿੰਕੇਜ ਹੈਗੇ ਆ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਅਤੇ ਇਹਨਾਂ ਦੇ ਮਤਲਬ ਡੂੰਘਾਈ ਨਾਲ ਤਫਤੀਸ਼ ਕਰਕੇ ਹੋਰ ਵੀ ਜਿਹੜੀ ਅਸੀਂ ਰਿਕਵਰੀ ਕਰਾਂਗੇ। ਸਰ, ਜਿੱਥੋਂ ਕੋਈ ਖਰੀਦਦੇ ਸੀ, ਕੋਈ ਜਿੱਥੋਂ ਗੱਡੀ ਲਿਆ ਕੇ ਸਪਲਾਈ ਕਰਦੇ ਸੀ, ਉਹਨਾਂ ਬਾਰੇ ਕੁਝ ਪਤਾ ਲੱਗਾ? ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਬੜੀ ਪ੍ਰੀਲਿਮਿਨਰੀ ਸਟੇਜ 'ਤੇ ਇਨਵੈਸਟੀਗੇਸ਼ਨ ਹੈ। ਅਸੀਂ ਇਹਨਾਂ ਦੇ ਬੈਕਵਰਡ ਲਿੰਕੇਜ ਔਰ ਸਾਰਾ ਅੱਗੇ ਤੱਕ ਅਸੀਂ ਇਹਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਲਿਆ ਕੇ ਔਰ ਇਹਦੀ ਮੁਕੰਮਲ ਤਫਤੀਸ਼ ਜਿਹੜੀ ਹੈ ਕਰਾਂਗੇ ਔਰ ਹੋਰ ਰਿਕਵਰੀ ਕਰਾਂਗੇ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।